ਇਸ ਜਿਹੜੇ ਨਸ਼ੇ ਦੇ ਸਮਗਲਰ ਨੇ ਜਿਹੜੇ ਵੱਡੀ ਤਦਾਦ ਦੇ ਵਿੱਚ ਨਸ਼ਾ ਵੇਚਦੇ ਨੇ ਉਹਨਾਂ ਦੀ ਪ੍ਰਾਪਰਟੀ ਔਡੈਂਟੀਫਾਈ ਕੀਤਾ ਜਾਵੇ ਕਰੋੜ ਸਮਥਿੰਗ 10 ਕਰੋੜ ਤੋਂ ਉੱਪਰ ਹੈਗੀ ਹੈ ਜਿਹੜੀ ਅੱਜ ਅੱਜ ਵਾਲੇ ਜਿਹੜੇ 4 ਕੇਸ ਫ੍ਰੀਜ਼ ਹੋਏ ਹੈ 35 ਲੱਖ ਦੇ ਕਰੀਬ ਪ੍ਰਾਪਰਟੀ ਹੈਗੀ ਹੈ ਬਠਿੰਡਾ ਪੁਲਿਸ ਨੇ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਚਾਰ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਨੂੰ ਫ੍ਰੀਜ਼ ਕੀਤਾ ਗਿਆ ਤੁਸੀਂ ਤਸਵੀਰਾਂ ਵੇਖ ਲਓ ਕਿ ਖੁਦ ਡੀਐਸਪੀ ਨੇ ਬਠਿੰਡਾ ਦੇ ਉਹ ਇੱਥੇ ਪਹੁੰਚੇ ਹੋਏ ਨੇ ਔਰ ਚਾਰ ਇਸ ਤਰ੍ਹਾਂ ਦੇ ਲੋਕੇਸ਼ਨਾਂ ਨੇ ਜਿਨ੍ਹਾਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਨੂੰ ਇਹਨਾਂ ਨੇ ਸੀਜ਼ ਕੀਤਾ ਹੋਇਆ ਅੱਗੇ ਕਿਸ ਤਰ੍ਹਾਂ ਦਾ ਪ੍ਰੋਸੈਸ ਹੈ ਔਰ ਕਿੰਨੇ ਹੋਰ ਨਸ਼ਾ ਤਸਕਰ ਨੇ ਜਿਨ੍ਹਾਂ ਦੀ ਪ੍ਰਾਪਰਟੀ ਇਸੇ ਤਰ੍ਹਾਂ ਜ਼ਬਤ ਕੀਤੀ ਗਈ ਹੈ ਗੱਲਬਾਤ ਕਰਦੇ ਆਂ ਡੀਐਸਪੀ ਗੁਰਪ੍ਰੀਤ ਨੇ ਮੇਰੇ ਨਾਲ ਡਿਪਟਾ ਕਿੰਨੇ ਲੋਕਾਂ ਦੇ ਖਿਲਾਫ ਕਾਰਵਾਈ ਹੋਈ ਹੈ ਹੁਣ ਤੱਕ ਕਿੰਨੀ ਪ੍ਰਾਪਰਟੀ ਔਰ ਕਿੰਨੀ ਕਮਾ ਦੇਖੋ ਇਹ ਜਿਹੜਾ ਕੇਸ ਹੈ ਐਨਡੀਪੀਐਸੈਕਟ ਦੇ ਵਿੱਚ ਤਿਆਰ ਹੋ ਕੇ ਭੇਜਿਆ ਜਾਂਦਾ ਹੈ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਾਨੂੰ ਜਦੋਂ ਉਹਨਾਂ ਨੇ ਜੁਆਇਨ ਕਰਾਇ ਸੀ ਡਾਇਰੈਕਸ਼ਨਾਂ ਦਿੱਤੀਆਂ ਸੀ 68ਫ ਦੇ ਕੇਸ ਜਿਹੜੇ ਨਸ਼ੇ ਦੇ ਸਮਗਲਰ ਨੇ ਜਿਹੜੇ ਵੱਡੀ ਤਦਾਦ ਦੇ ਵਿੱਚ ਨਸ਼ਾ ਵੇਚਦੇ ਨੇ ਉਹਨਾਂ ਦੀ ਪ੍ਰਾਪਰਟੀ ਔਡੈਂਟੀਫਾਈ ਕੀਤਾ ਜਾਵੇ ਉਹ ਫਸਟਲੀ ਤਾਂ ਅਸੀਂ ਪਹਿਲਾਂ ਪ੍ਰਾਪਰਟੀ ਨੂੰ ਆਇਡੈਂਟੀਫਾਈ ਕੀਤਾ ਆਇਡੈਂਟੀਫਾਈ ਕਰਨ ਤੋਂ ਬਾਅਦ ਸਾਨੂੰ ਇਹ ਪਤਾ ਲੱਗਿਆ ਜਿੱਥੇ ਆ ਟ੍ਰੈਂਡ ਅਸੀਂ ਖੜੇ ਆਂ ਵੀ ਇਹ ਬੰਦਾ ਡਰੱਗਸ ਦਾ ਕੰਮ ਕਰਦਾ ਸੀ ਡਿਊਰਿੰਗ ਡਰੱਗਸ ਹੀ ਇਹ ਜਿਹੜੀ ਕੋਠੀ ਇਹ ਬਣਾ ਰਿਆ ਸੀਗਾ ਜਿਹੜੀ ਹਜੇ ਵੀ ਤੁਸੀਂ ਦੇਖੋਗੇ ਅੰਡਰ ਕੰਸਟਰਕਟ ਕੰਸਟਰਕਸ਼ਨਸ ਹੈ ਜਿਹੜੀ ਕੋਠੀ ਹੈ ਜੋ ਇਹਦਾ ਅਸੀਂ 66f ਦਾ ਕੇਸ ਹੈ ਅਸੀਂ ਭੇਜਿਆ ਸੀ ਕੋਕੇ ਦੇ ਖਿਲਾਫ ਹੈਵੀ ਰਿਕਵਰੀ ਐਂਡੀਪੀਆ ਸੈਕਟਰ ਦਾ ਥਾਣੇ ਥਰਮਲ ਦੇ ਵਿੱਚ ਐਫਆਰ ਲਾਉਸ ਹੋਈ ਸੀ 25 ਨੰਬਰ ਮੁਕਦਮਾ ਸੀ ਥਾਣਾ ਥਰਮਲ ਦੇ ਵਿੱਚ 2023 ਦਾ ਜੋ ਇਹਦਾ ਕੇਸ ਦਿੱਲੀ ਨਰਕੋਟਿਕਸ ਵਿੰਗ ਨੂੰ ਭੇਜਿਆ ਗਿਆ ਸੀ ਜੋ ਉੱਥੋਂ ਇਹ ਜਿਹੜਾ ਪਾਸ ਹੋ ਗਿਆ ਹੈ ਪਾਸ ਹੋਣ ਤੋਂ ਬਾਅਦ ਜਿਹੜੀ ਇਹ ਪ੍ਰਾਪਰਟੀ ਹੈ ਫ੍ਰੀਜ਼ ਹੋ ਗਈ ਹੈ ਉਹ ਜੋ ਅੱਜ ਅਸੀਂ ਇੱਥੇ ਫ੍ਰੀਜ਼ਿੰਗ ਦੇ ਆਰਡਰ ਜਿਹੜੇ ਅਸੀਂ ਇੱਥੇ ਚਪਕਾਉਣ ਆਏ ਆ ਤੇ ਉਹ ਅਸੀਂ ਤੁਸੀਂ ਦੇਖ ਲਿਆ ਹੋਣਾ ਅਸੀਂ ਲਾਏ ਨੇ ਤੇ ਕੀ ਲੱਗਦਾ ਕਿੰਨਾ ਡ੍ਰਿਫਟਸ ਆ ਫਰਕ ਪਊ ਐਸ ਟੀ ਕਹਿੰਦੇ ਨਾਲ ਜਦੋਂ ਉਹਨਾਂ ਦੀ ਸਾਰੀ ਉਮਰ ਦੀ ਕਮਾਈ ਪ੍ਰਾਪਰਟੀ ਜਿਹੜੀ ਹੈ ਡਰੱਗਸ ਦੇ ਵਿੱਚੋਂ ਉਸ ਚੀਜ਼ ਕਰ ਲੈ ਸਰਕਾਰ ਇਹ ਅਸੀਂ ਕਿ ਮੈਸੇਜ ਦੇਣਾ ਚਾਹੁੰਦੇ ਆ ਵੀ ਜਿਹੜਾ ਬੰਦਾ ਡਰੱਗਸ ਨਾਲ ਲੱਗਦਾ ਹੈ ਡਰੱਗਸ ਨਾਲ ਕੰਮ ਕਰਦਾ ਹੈ ਉਹ ਸੋਚਦਾ ਵੀ ਸ਼ਾਇਦ ਮੈਨੂੰ ਨਹੀਂ ਪਤਾ ਪੁਲਿਸ ਨੂੰ ਲੱਗੂਗਾ ਜਾਂ ਮੈਂ ਆਪਣੇ ਡਰੱਗਸ ਵੇਚ ਕੇ ਮੈਂ ਕਾਮਯਾਬ ਹੋ ਜਾਊਂਗਾ ਜਾਂ ਮੈਂ ਕਮਾਈ ਕਰ ਲਵਾਂਗਾ ਪਰ ਐਸਸ ਆਫ ਟਾਈਮ ਕਈ ਵਾਰ ਸਮੇਂ ਤੋਂ ਬਾਅਦ ਜਦੋਂ ਪਤਾ ਲੱਗਦਾ ਵੀ ਇਹ ਬੰਦਾ ਡਰੱਗਸ ਦਾ ਕੰਮ ਕਰ ਰਿਹਾ ਹੈ ਤਾਂ ਇਹ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਨੇ ਤੇ ਉਹ ਪ੍ਰਾਪਰਟੀ ਜਦੋਂ ਸੀਜ਼ ਹੁੰਦੀ ਹੈ ਤਾਂ ਬੰਦਾ ਸਮਾਜਿਕ ਤੌਰ ਤੇ ਤੇ ਫਾਈਨੈਂਸ਼ਲੀ ਤੌਰ ਤੇ ਫਿਰ ਬਹੁਤ ਸਮਾਜ ਤੋਂ ਡਿੱਗਦਾ ਨਜ਼ਰਾਂ ਛੁੱਟੇ ਡਿੱਗਦਾ ਤੇ ਆਸ-ਪਾਸੇ ਜਿਹੜੇ ਹੋਰ ਬੱਚੇ ਨੇ ਜਾਂ ਹੋਰ ਵੀ ਜਿਹੜੇ ਕੋਈ ਇਸ ਤਰ੍ਹਾਂ ਦੇ ਕੰਮ ਨਾਲ ਧੰਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਨੇ ਜਾਂ ਜੁੜੇ ਹੋਏ ਨੇ ਉਹਨਾਂ 'ਚ ਵੀ ਡਰ ਪੈਦਾ ਹੁੰਦਾ ਤੇ ਉਹ ਕੰਮ ਨੂੰ ਛੱਡਦੇ ਨੇ ਸਾਡਾ ਮੀਨਸ ਮੇਨ ਮਕਸਦ ਇਹੀ ਹੈ ਵੀ ਜਿਹੜੇ ਲੋਕ ਇਸ ਪਾਸੇ ਅਟਰੈਕਟ ਨਾ ਹੋਣ ਕੋਈ ਯੂਥ ਨੂੰ ਅਟਰੈਕਟ ਨਾ ਕਰਨ ਵੀ ਅਸੀਂ ਡਰੱਗਸ ਨਾਲ ਵੀ ਅਸੀਂ ਸੇਲ ਆਊਟ ਕਰਕੇ ਅਸੀਂ ਪ੍ਰਾਪਰਟੀਆਂ ਬਣਾ ਲਵਾਂਗੇ ਸਰ ਹੋਰ ਕਿੰਨੇ ਬੰਦੇ ਤੁਹਾਡੇ ਟਾਰਗੇਟ ਤੇ ਨੇ ਚਾਰਾਂ ਦੀ ਪ੍ਰਾਪਰਟੀ ਅੱਜ ਕਹਿੰਦੇ ਜ਼ਬਤ ਹੋ ਗਈ ਹੈ ਹੋਰ ਪ੍ਰੋਸੀਜਰ ਕਿੰਨੇ ਇਹ ਲੋਕਾਂ ਦਾ ਚੱਲ ਰਿਹਾ ਹੈ ਵੈਸੇ ਤਾਂ ਡਿਸਟ੍ਰਿਕਟ ਬਠਿੰਡਾ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਕੇਸ ਅਸੀਂ ਕੱਢ ਰਹੇ ਆ ਜੋ ਪੁਰਾਣੇ ਆ ਪਿਛਲੇ 5-7 ਸਾਲਾਂ ਦੇ 10 ਸਾਲਾਂ ਤੱਕ ਵੀ ਜੋ ਵੀ ਹੈਗੇ ਆ ਬਟ ਜਿਹੜੇ 24 ਕੇਸ ਜਿਹੜੇ ਹੈਗੇ ਆ ਉਹ ਅਸੀਂ ਕੰਪੀਟੈਂਟ ਅਥਾਰਟੀ ਨੂੰ ਭੇਜ ਚੁੱਕੇ ਆ ਜਿਨ੍ਹਾਂ 'ਚੋ ਚਾਰ ਫ੍ਰੀਜ਼ਿੰਗ ਆਰਡਰ ਆ ਗਏ ਆ 6 ਤੋਂ 8 ਕੇਸਾਂ ਦੇ ਨੋਟਸ ਵੀ ਹੋ ਚੁੱਕੇ ਆ ਬਾਕੀ ਜਿਹੜੇ ਹੈਗੇ ਆ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹਦੀ ਹੋਰ ਵੀ ਫਿਗਰ ਜ਼ਿਆਦਾ ਹੋਏਗੀ ਟੋਟਲ ਅਮਾਉਂਟ ਕਿੰਨੀ ਬੰਦੀ ਜੇ ਅੱਜ ਵਾਲੇ ਚਾਰ ਕੇਸਾਂ ਦੀ ਗੱਲ ਕੀਤੀ ਜਾਵੇ ਟੋਟਲ ਅਪਰੋਕਸੀਮੇਟਲੀ ਅਮਾਉਂਟ ਕਿੰਨੀ ਪਹਿਲਾਂ ਐਸਐਸਪੀ ਸਿਟੀ ਸਾਹਿਬ ਦੱਸ ਵੀ ਚੁੱਕੇ ਆ 3 ਕਰੋੜ ਸਮਥਿੰਗ 10 ਕਰੋੜ ਤੋਂ ਉੱਪਰ ਹੈਗੀ ਆ ਜਿਹੜੀ ਅੱਜ ਅੱਜ ਵਾਲੇ ਜਿਹੜੇ ਚਾਰ ਕੇਸ ਫ੍ਰੀਜ਼ ਹੋਏ ਆ 35 ਲੱਖ ਦੇ ਕਰੀ ਇਲਲੀਗਲ ਜੋ ਜੋ ਡਰੱਗ ਤੋਂ ਬਣਾ ਰਿਹਾ ਜਿੰਨੀ ਵੀ ਹੋਊਗੀ ਉਹ ਸਾਰੀ ਜ਼ਬਤ ਕੀਤੀ ਜਾਊਗੀ ਬਿਲਕੁਲ ਪ੍ਰਾਪਰਟੀ ਹੈ ਜਬਤ ਕੀਤੀ ਜਾਣੀ ਹੈ ਸਾਫ ਸੁਨੇਹਾ ਹੈ ਸਰਕਾਰ ਦਾ ਦੂਸਰੇ ਪਾਸੇ ਪੁਲਿਸ ਦਾ ਚਾਰ ਕੇਸ ਨੇ ਜਿਹੜੇ ਅੱਜ ਸਟੱਡੀ ਹੋਏ ਨੇ ਜਿਨ੍ਹਾਂ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ ਕਹਿ ਰਿਹਾ ਕਿ ਹੋਰ ਵੀ ਜਿੰਨੇ ਨਸ਼ਾ ਤਸਕਰ ਨੇ ਉਹਨਾਂ ਦੀ ਪ੍ਰਾਪਰਟੀ ਵੀ ਜ਼ਬਤ ਕੀਤੀ ਜਾਏਗੀ ਬਠਿੰਡਾ ਤੋਂ ਸੂਰਜਪਾਲ ਨਿਊਜ਼ 18 ਪੰਜਾਬ